ਸੱਸ ਆਓ ਮੈਨੂੰ ਇੱਥੋਂ ਦੀਆਂ ਇਸਤਰੀ ਸੱਸ ਸਸਰ ਵਾਲੀਆਂ ਮਾਤਾਵਾਂ ਦਾ ਨਾਮ ਲਓ ਸਦਾ ਕਾ ਵਾਸੀ ਵਾਸਤੇ ਆਪੇ ਸਾਜ ਵੈਸੇ ਤੁਸੀਂ ਰੋਜ਼ ਸੁਮਨ ਸਰਦੀ ਦਾ ਪਾਠ ਪੜ੍ਹਦੀ ਹੈ ਮਾਤਾਵਾਂ ਦਾ ਦੂਸਰੀ ਅਸਤਪਦੀ ਦਾ ਜਿਹੜਾ ਪਹਿਲਾ ਸ਼ਬਦ ਪੜ੍ਹਦੇ ਹਾਂ ਉਹਦੇ ਅੰਦਰ ਸਾਨੂੰ ਇਹਨੂੰ ਸਿੱਖਿਆ ਦ੍ਰਿੜ ਕਰਵਾਉਂਦੇ ਨੇ ਆਪ ਪੜ੍ਹਦੇ ਹਾਂ ਆਪੇ ਸਾਜ ਕਰੇ ਦਾ ਮਤਲਬ ਕੀ ਹੈ ਗੁਰੂ ਅਰਜਨ ਦੇ ਮਹਾਰਾਜ ਸਾਨੂੰ ਇਹੀਓ ਗੱਲ ਸਮਝਾਉਣਾ ਚਾਹੁੰਦੇ ਹੈ ਸਤਿਗੁਰੂ ਪ੍ਰਮਾਨ ਕਰਦੇ ਨੇ ਜਿਹੜੇ ਮਾਤ ਪਿਤਾ ਸੁਤ ਉਮੀਦ ਨਾ ਭਾਈ ਮਨ ਮੁਹਾਂ ਨਾਮ ਤੇਰੇ ਸਤ ਸਹਾਰ ਜਿਹੇ ਮਹਾ ਭਿਆ ਰੂਪ ਜਗ ਕਲੈ ਤਹਿ ਕੇਵ ਨਾਮ ਸਤ ਤੀਰ ਚਲ ਜਿਹੇ ਮੁਸ਼ਕਲ ਉਹ ਮਿਲਤ ਭਾਰੀ ਹਰ ਕੋ ਨਾਮ ਖਿਰ ਮਾਹੇ ਉਧਾਰੀ ਅੰਤ ਕੁਲ ਹੈ ਚਰਨ ਕਰ ਨਹੀਂ ਕਰੇ ਹਰ ਕੋ ਨਾਮ ਕੋਟ ਪਾਉ ਹਰ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਆਓ ਅੱਜ ਆਪਣੇ ਮਨ ਨੂੰ ਸਮਝਾਉਂਦਾ ਤਰੀਕੀ ਮੇਰਿਆ ਮਨ ਜੇ ਤੂੰ ਸੱਚਮੁੱਚ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਪੁਰਬ ਮਨਾਉਣ ਵਾਲੇ ਸ਼ਹੀਦੀ ਹੋਏ ਤੇ ਉਹਨਾਂ ਦੇ ਬਚਨਾਂ ਨੂੰ ਆਪਣੇ ਜੀਵਨ ਦੇ ਗੁਆਮ ਫਿਰ ਤੇਰਾ ਮਨਾਇਆ ਸਭ ਦਾ ਪਿਆਰ ਵਾਲਾ ਗੁਰੂ ਸਤਨਾਮ ਤੇ ਗੁਰੂ ਅਰਜਨ ਦੇਵ ਮਹਾਰਾਜ ਰੋਜ਼ ਸਾਧੂ ਸੁਖਮਨੀ ਸਾਹਿਬ ਜੀ ਦੇ ਪਾਵਨ ਪਾਠ ਵਿੱਚ ਕੀ ਬਖਸ਼ਾਂ ਕਰਦੇ ਸਮਝਾਉਂਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਰੋਜ਼ ਸਾਨੂੰ ਇਹ ਗੱਲ ਕਹਿੰਦੇ ਹੈ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਪੀ ਕਵਕ ਮੂਤੇ ਕਵਕ ਦੁਸ਼ਟਾਂਦੀ ਜਿੰਦੂ ਸਾਰ ਸਵਾਰ ਸਿਧਾ ਦਿਆ ਗਰ ਭਗਨ ਮਹਿ ਜਿਨਹਿ ਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਪਿਆਰੇ ਦੂਰ ਪਰ ਜੋਬਨ ਭੋਜਨ ਸੁਖ ਸੂਰ ਬਿਰਧ ਪਿਆ ਉਪਰ ਸਾਧ ਸੈਨ ਮੁਖ ਅਪਿਆਓ ਬੈ ਪੂਜੈ ਇਹ ਨਿਰਗੁਣ ਗੁਣ ਕਛੁ ਨਾ ਬੁਝੈ ਬਖਸ਼ ਕ੍ਰਿਤ ਦੇਵੋ ਤਬ ਨਾਨਕ ਬਸ ਇਹ ਅਰਦਾਸ ਕਰੀ ਕਿ ਪਾਤਸ਼ਾਹ ਜੀ ਮੈਂ ਵਿਸਾਰ ਲਿਆ ਸੀ ਤੇਰੇ ਗੁਣਾਂ ਨੂੰ ਵਿਸਾਰ ਦਿੱਤਾ ਸੀ ਇਹ ਮੇਰੇ ਮਾਲਕ ਮੇਰੇ ਰੂਹੇ ਦੀ ਬਾਤ ਕਰਦਾ ਗੁਰੂ ਅਰਜਨ ਦੇਵ ਮਹਾਰਾਜ ਮੈਂ ਤੁਹਾਡੀ ਬਾਣੀ ਪੜ ਪੜ ਕੇ ਸੁਣ ਕੇ ਵਿਚਾਰ ਕੇ ਆਪਣੇ ਜੀਵਨ ਉੱਤੇ ਕਮਾ ਸਕਾਂ ਫਿਰ ਇਹ ਪੰਕਤੀਆਂ ਮੇਰੇ ਜੀਵਨ ਉੱਤੇ ਪ੍ਰਗਟਣੀਆਂ ਸਭਨਾ ਕਾ ਯਾਦਿ
पल पल उन्हां दी रक्षा मां ते प्यो दे बचन करदे फिर पूरी संगत बचे रहे देर दे जेड़ा गुरु का गुरु दे बचन नूं जीते करदा है जेड़ा गुरु का सिख गुरु दे बचन नूं पल पल जीते करदा है गुरु दा सिमरन करदा है सिमरन की है ओदे बचन नूं बार बार जीते करना प्यार नाल को सतनाम पल पल मालक दी याद अपनी हिरदे च वसाना भुलाना नहीं ਇਹ ਨਹੀਂ ਕਿ ਭੁਲਾ ਦਿੱਤਾ ਗੁਰੂ ਦੀ ਯਾਦ ਪਲ ਪਲ ਉਹਦੇ ਗੁਣਾਂ ਨੂੰ ਚੇਤੇ ਕਰਨਾ ਤੇ ਜਦੋਂ ਗੁਰੂ ਗ੍ਰੰਥ ਗੁਣ ਚੇਤੇ ਰਹਿੰਦੇ ਗੁਰੂ ਦੇ ਬਚਨ ਚੇਤੇ ਰਹਿੰਦੇ ਹਨ ਫਿਰ ਮਾਂ ਭਾਵੇਂ ਨਾਲ ਜਾਵੇ ਨਾ ਜਾਵੇ ਪਿਓ ਨਾਲ ਨਾ ਜਾਵੇ ਪਰ ਗੁਰੂ ਦੇ ਬਚਨ ਦੇ ਨਾ ਜਿਹੜੇ ਬੋਲ ਨੇ ਗੁਰੂ ਦੀ ਸਿੱਖਿਆ ਹੈ ਗੁਰੂ ਕੇ ਪਿਆਰੇ ਫਿਰ ਉਹਦੀ ਰੱਖਿਆ ਗੁਰੂ ਕੇ ਸਿੱਖ ਦੀ ਗੁਰੂ ਦਾ ਬਚਨ ਕਰਦਾ ਹੈ ਪਿਆਰ ਨਾਲ ਆਖੋ ਸਤਨਾਮ ਆਪਾਂ ਪੜ੍ਹਦੇ ਹਾਂ ਨਾ ਬਾਣੀ ਪ੍ਰਾਪਤੀ ਸਭ ਤੋਂ ਬੋਲੇ ਆਪ ਅਡੋਲ ਨਾ ਕਬੂ ਬੋਲੇ ਅਡੋਲਨ ਨਹੀਂ ਦੇਦੇ ਅਡੋਲ ਅਵਸਥਾ ਵਿੱਚ ਲੈ ਜਾਂਦੀ ਹੈ ਆਓ ਇੱਕ ਵਾਰ ਫਿਰ ਪੰਕਤੀਆਂ ਪੜ੍ਹੋ ਜੀ ਸਾਰੀ ਸੰਗਤ ਕਰਿਓ ਕਿਰਪਾ ਸਭਨਾ ਸਿੱਖਿਆ ਨੂੰ ਨਹੀਂ ਸੀ ਕਮਾਇਆ ਉਹ ਜੂਨਾਂ ਵਿੱਚ ਲੈ ਰਹਿੰਦਾ ਸੀ ਦਿਨ ਰਾਤ ਭਟਕਦਾ ਰਹਿੰਦਾ ਸੀ
ਪਰ ਮੇਰੀ ਮਾਤਾ ਕਹਿੰਦੀ ਜਦੋਂ ਗੁਰੂ ਦੀ ਸਿੱਖਿਆ ਤੋਂ ਕਮਾਲ ਦਾ ਕਪਿੰਦਾ ਨਾ ਮੇਰੇ ਪਾਤਸ਼ਾਹ ਜੀ ਕਹਿੰਦੇ ਹੈ ਉਹ ਆਪਣਾ ਤੇ ਜਨ ਸਫਲ ਕਰਦਾ ਕਰਦਾ ਦਸਾਂ ਦੇ ਕਾਲ ਵਿੱਚ ਸਵਾਲ ਦਿੰਦਾ ਪਿਆਰ ਨਾਲ ਆਖੋ ਸਤਨਾਮ ਇਹ ਪਾਤਸ਼ਾਹ ਦੀ ਬਾਣੀ ਪਰ ਕਹਿੰਦੇ ਕਹਿੰਦੇ ਪਸ਼ੂ ਮਰੈ ਦਸ ਕਾਲ ਸਵਾਰੈ ਹੁਣ ਆਪਣੇ ਆਪ ਨੂੰ ਆਪਾਂ ਕੀ ਕਹਿਣਾ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਬਾਬਾ ਆਓ ਇਹ ਸ਼ਬਦ ਸਾਰੇ ਰਲ ਕੇ ਪੜ੍ਹੀਏ ਬੜਾ ਪਿਆਰਾ ਸ਼ਬਦ ਹੈ ਅਬ ਕੈਸੇ ਲੜੋ ਮਰ ਮਨ ਮਾਨੇ ਬੜਾ ਪਿਆਰਾ ਸ਼ਬਦ ਹੈ ਅਬ ਕੈਸੇ ਮਰੋ ਮਰ ਮਨ ਮਾਨੇ ਮੈਂ ਨਹੀਂ ਮਾਰ ਸਕਦਾ ਉਹ ਜਾਗੀ ਤੂੰ ਜਿੰਨਾ ਮਰਜ਼ੀ ਯਤ ਕਰਦਾ ਹੈ ਗੁਰੂ ਕੇ ਪਿਆਰੇ ਮਰਜ ਕੇ ਪਾਓ ਪਾਸਵਾਣੀ ਵਰਗੇ ਦੇ ਜਿਨ੍ਹਾਂ ਦੀ ਸਾਧੂ ਆਪਣੇ ਜੀਵਨ ਤੇ ਕਮਾਇਆ ਹੀ ਨਹੀਂ ਹੈ ਪਿਆਰ ਨਾਲ ਆਖੋ ਸਤਨਾਮ ਜਿਨ੍ਹਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਸਾਰੀ ਸੰਗਤ ਰਲ ਕੇ ਆਓ ਬੜੀ ਸ਼ਬਦ ਆਪ ਕੈਸੇ ਮਰੋ ਮਰ ਮਰ ਮਾਨਿਆ ਮਰ ਮਰ ਜਾਂਦੇ ਜਿਨ ਰਾਮ ਨਾ ਜਾਂਦੇ ਆ ਸਾਰੀ ਸੰਗਤ ਨੂੰ ਬੇਨਤੀ ਹੈ ਮਾਤਾਵਾਂ ਭੈਣਾਂ ਨੂੰ ਇਹ ਬਹੁਤ ਡੂੰਘਾ ਸ਼ਬਦ ਹੈ ਇਸ ਗੁਰਪੁਰਬ ਦੇ ਉੱਤੇ ਸਾਰੀ ਸੰਗਤ ਰਲ ਕੇ ਆਓ ਪੜ੍ਹੀਏ ਜੀ ਆਪ ਕੈਸੇ ਮਰੋ ਸਾਰੀ ਸਹੀ ਤੰਬੀਰ ਦੀ ਰਾਜ
ਸਾਰਿਆਂ ਦੀ ਕਿਰਪਾ ਕਰੋ ਤੇ ਲੱਖ ਦੀ ਕਿਰਪਾ ਬਲਾਉ ਤੇਰਾ ਕੁਜੀ ਆਰਾਮ ਦੀ ਕਿਰਪਾ।